ਭਗਵੰਤ ਮਾਨਾ ਠੋਕ ਕੇ ਕਹਿੰਦਾ, ਤੁਸੀਂ ਅੱਜ ਮੇਰੀ ਕਿਸੇ ਗੱਲ ਦਾ ਜਵਾਬ ਦੇ ਦਿਓ। ਤੂੰ ਕਹਿੰਦਾ ਨਾ ਫੈਕਟ ਨਹੀਂ ਸਿੱਧੂ ਤੇਰੇ ਕੋਲ, ਤੈਨੂੰ ਫੈਕਟ ਅੱਜ ਬੰਬਾਂ ਵਾਂਗ ਮਾਰੂ ਚਲਾ ਚਲਾ। ਜੇ ਇੱਕ ਲੱਭ ਗਿਆ ਨਾ ਤੈਨੂੰ ਤੇ ਮੇਰਾ ਨਾਂ ਵਟਾ ਦੀ, ਔਰ ਅੱਜ ਮੈਂ ਤੈਨੂੰ ਅੱਜ ਖੜਾ ਹੋ ਕੇ ਆਹ ਦੇਖ 10,000 ਦੇ ਇਕੱਠ ਚ ਕਹਿੰਦਾ, ਭਗਵੰਤ ਮਾਨ ਜੇ ਮਾਂ ਦਾ ਦੁੱਧ ਪੀਤਾ ਹੈ, ਜੇ ਮਾਂ ਦਾ ਦੁੱਧ ਪੀਤਾ ਹੈ ਤੇ ਆ ਕਿਸੇ ਕਮਰੇ ਚ ਇਕੱਲੇ ਬੈਠੀਏ, ਹੋਰ ਛੱਡ, ਕਿਸੇ ਬੋਰਡ ਥੱਲੇ ਕਿਸੇ ਸੱਥ ਦੇ ਵਿੱਚ ਬੈਠੀਏ, ਇੱਕ ਫੇਸਬੁੱਕ ਤੂੰ ਚਲਾ, ਇੱਕ ਫੇਸਬੁੱਕ ਮੈਂ ਚਲਾਊ ਤੇ ਮੇਰੇ ਨਾਲ ਬਹਿਸ ਕਰ, ਪੰਜਾਬ ਦੇ ਮੁੱਦਿਆਂ ਦੇ ਉੱਤੇ ਜੇ ਸਿੱਧੂ ਹਾਰ ਗਿਆ ਰਾਜਨੀਤੀ ਸਦਾ ਲਈ ਛੱਡ ਕੇ ਜਾਊਂਗਾ। ਹੈਦਮ ਹੈਦਮ ਸਿੱਧੂ ਕਹਿੰਦਾ ਤੂੰ ਚੋਰ, ਸਿੱਧੂ ਕਹਿੰਦਾ ਤੇਰੇ ਮੰਤਰੀ ਚੋਰ, ਸਿੱਧੂ ਕਹਿੰਦਾ ਚੋਰਾਂ ਦਾ ਤੰਤਰ ਦੇਦੇ ਜੇਲ੍ਹ ਚ, ਸਿੱਧੂ ਕਹਿੰਦਾ ਦੱਸ ਉਹ ਕਿਹੜੇ ਲੋਕ ਨੇ ਜਿਹੜੇ ਕੱਲ ਨਵੀਆਂ ਪੋਰਕ ਲੇਨਾਂ ਨਾਲ ਮਾਈਨਿੰਗ ਕਰਨ ਡਏ ਹੈ, ਉਹ ਕਿਹੜੇ ਲੋਕ ਨੇ ਜਿਹੜੇ 21,000 ਰੁਪਈਏ ਦੀ ਟਰਾਲੀ ਵੇਚਦੇ ਆ ਰੇਤੇ ਦੀ, ਉਹ ਕਿਹੜੇ ਲੋਕ ਨੇ ਜਿਹਨਾਂ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਸੀ ਅੱਜ 48 ਕਰੋੜ ਰੁਪਈਆਂ ਦੇ ਮਹਿਲ ਖਰੀਦ ਰਹੇ ਨੇ, ਉਹ ਕਿਹੜੇ MLA ਨੇ ਜਿਹੜੇ 3-3 ਘਰ ਪਾਈ ਤੁਰੀ ਜਾਂਦੇ ਆ, ਉਹ ਕਿਹੜੇ MLA ਨੇ ਜਿਹੜੇ ਮਾਫੀਆ ਨੂੰ ਕੌਟੀਆਂ ਦੇ ਭਾਅ 92 ਏਕੜ ਜ਼ਮੀਨ ਦੇਈ ਜਾਂਦੇ ਆ, 4-4 ਏਕੜ ਜ਼ਮੀਨ ਦੇਈ ਜਾਂਦੇ ਆ, ਤੇ ਉਹ ਕਿਹੜਾ ਮੁੱਖ ਮੰਤਰੀ ਹੈ, ਉਹ ਕਿਹੜਾ ਭਗੌੜਾ ਮੁੱਖ ਮੰਤਰੀ ਹੈ ਜਿਹੜਾ ਪਿੱਠ ਦਿਖਾ ਕੇ ਸਿੱਧੂ ਨੂੰ ਭੱਜਿਆ ਤੇ 13 ਕਰੋੜ ਰੁਪਈਏ ਦੇ L1 ਦੇ ਦਾਰੂ ਦੇ ਲਾਇਸੈਂਸ ਉਹਨਾਂ ਦਾ ਜਵਾਬ ਨਹੀਂ ਦਿੰਦਾ। ਠੋਕੋ ਤਾੜੀ ਆਮਰਾਂ, ਜੇ ਤੈਂ ਸੱਚ ਦੀ ਗੱਲ ਕੀਤੀ ਹੈ ਤੇ ਦੱਸ ਫਿਰ, ਦੱਸ ਫਿਰ 12,000 ਕਰੋੜ ਰੁਪਈਏ ਦੀ ਸ਼ਰਾਬ, ਮੈਂ ਸ਼ਰਾਬ ਦੇ ਹੱਕ ਚ ਨਹੀਂ ਪਰ ਜੇ ਵਿਕਦੀ ਹੈ ਸਰਕਾਰੀ ਖਜ਼ਾਨੇ ਚ ਆਉਣੀ ਚਾਹੀਦੀ ਹੈ। ਅੱਜ ਨੌਜਵਾਨ ਤੁਹਾਨੂੰ ਚੋਰ ਤੰਤਰ ਕਹਿੰਦੇ ਆ, ਤੁਸੀਂ ਇਸ ਤੰਤਰ ਨੂੰ ਬਦਲਣਾ ਆਏ ਸੀ, ਤੁਸੀਂ ਰੇਤ ਦੀ ਕਾਰਪੋਰੇਸ਼ਨ ਬਣਾਉਣਾ ਆਏ ਸੀ, ਤੁਸੀਂ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣੀ ਚਾਹੁੰਦੇ ਸੀ। ਉਹ ਮਿੱਤਰ ਪਿਆਰੇ, ਜੇ ਕਿਸੇ ਇੰਸਪੈਕਟਰ ਕੋਲ 50,000 ਰੁਪਈਆ ਲੱਭ ਗਿਆ ਅੰਦਰ, ਅਸੀਂ ਕਰਪਸ਼ਨ ਫੜ ਲਈ, ਉਹ ਲੱਲੇ ਉਹ ਲੱਲੇ। ਹਾਂਜੀ, ਜੇ ਕੋਈ ਤਹਿਸੀਲਦਾਰ 1,000 ਰੁਪਈਆ ਲੈਂਦਾ ਫੜਿਆ ਗਿਆ ਅੰਦਰ, ਅਸੀਂ ਕਰਪਸ਼ਨ ਫੜ ਲਈ, ਫੜ ਲਓ ਪੂੰਛ। ਜੇ ETT ਦੇ ਮਾਸਟਰ ਧਰਨਾ ਦਿੰਦੇ ਆ, ਉਹਨਾਂ ਦੇ ਦੈੜ ਡਾਂਗ, ਅਸੀਂ ਕਰਪਸ਼ਨ ਦੂਰ ਕਰਾਂਗੇ, ਅਸੀਂ ਧਰਨੇ ਵਾਲੀ ਸਰਕਾਰ ਨਹੀਂ ਰਹਿਣ ਦੇਣੀ। ਹਾਂਜੀ, ਜੇ ਕੋਈ ਰੇਹੜੀਆਂ ਚੱਕੇ, ਰੇਹੜੀਆਂ ਵਾਲੇ ਨੂੰ ਉਠਾਵੇ ਉਜਾੜੇ, ਇਹ ਤਾਂ ਸਾਡਾ ਜਨਮ ਸਿੱਧ ਅਧਿਕਾਰ ਹੈ, ਅਸੀਂ ਜਿੰਨੇ ਚੋਰ ਨੇ ਉਹਨਾਂ ਨੂੰ ਅੰਦਰ ਦਿਆਂ, ਤੇ ਜਿਹੜਾ 50,000 ਕਰੋੜ ਰੁਪਈਆ ਸਾਲ ਦਾ ਖਾਵੇ, ਮੁੱਖ ਮੰਤਰੀ ਦੀ ਸਰਪ੍ਰਸਤੀ ਚ ਖਾਵੇ, ਉਹ ਜੇਲ੍ਹ ਚ ਕਿਉਂ ਨਾ ਜਾਵੇ? ਬੋਲੋ, ਕਿਉਂ ਨਾ ਜਾਵੇ, ਕਿਉਂ ਨਾ ਜਾਵੇ? ਤੂੰ ਇਸੇ ਸਿਸਟਮ ਨੂੰ ਬਦਲਣਾ ਆਇਆ ਸੀ, ਤੂੰ ਕਹਿੰਦਾ ਸੀ 30,000 ਕਰੋੜ ਰੁਪਈਆ ਅਸੀਂ ਪੰਜਾਬ ਦੇ ਰੇਤੇ ਚੋਂ ਕੱਢਾਂਗੇ, ਤੇਰਾ ਜਿਹੜਾ ਆ ਸੁਪਰੀਮੋ ਸੀ ਉਹ ਤਾਂ ਕਹਿੰਦਾ ਸੀ 20,000 ਕਰੋੜ ਰੁਪਈਆ ਜੇਬ ਚ ਪਾਈ ਫਿਰਦਾ, ਪਹਿਲੇ ਸਾਲ 20,000 ਕਿਉਂ? ਤੁਸੀਂ ਗਵਾਹ ਹੋ, ਬੋਲੋ, ਕਿਹਾ ਕਿ ਨਹੀਂ ਕਿਹਾ?
ਕਿਹਾ ਕਿ ਨਹੀਂ ਰੇਤੇ ਚੋਂ 20,000 ਕੱਢੂ, 35,000 ਕਰੋੜ ਰੁਪਈਆ ਬਜਟ ਚੋਂ ਕੱਢੂ, 54,000 ਕਰੋੜ ਨਾਲ ਸਾਲ ਸ਼ੁਰੂ ਕਰੂ। 20,000 ਕਰੋੜ ਚੋਂ 2 ਸਾਲਾਂ ਦੇ ਵਿੱਚ 400 ਆਏ ਆ ਤੇ 54,000 ਕਰੋੜ ਰੁਪਈਆ ਦੇ ਵਿੱਚੋਂ 2 ਸਾਲ ਦੇ ਜੇ ਲਾਓ ਛੁੰਛਣਾ ਨਹੀਂ ਆਇਆ ਤੇ ਉਹ ਭੱਜਿਆ ਫਿਰਦਾ ਰੇਤ ਦੀ, ਉਹ ਸ਼ਰਾਬ ਦੇ ਘੁਟਾਲੇ ਚ ਪੱਟੂ ਭੱਜਿਆ ਫਿਰਦਾ। ਹੋਰ ਕਿਸੇ ਨੂੰ ਜਦੋਂ ਸੰਮਨ ਆ ਜੇ ਤੇ ਕਹਿੰਦਾ ਮੇਰਾ ਸਿਰ ਸ਼ਰਮ ਨਾਲ ਝੁਕਦਾ, ਅਸਤੀਫਾ ਦੇ ਕੇ ਈਡੀ ਸਾਹਮਣੇ ਹਾਜ਼ਰ ਹੋਣਾ ਚਾਹੀਦਾ ਤੇ ਤੂੰ ਪੱਟੂ ਤੇਰੇ ਕਿਹੜੇ ਸਰਖਾਬ ਦੇ ਪਰ ਲੱਗਿਆ ਹੋਏ, ਤੂੰ ਭੱਜਿਆ ਫਿਰਦਾ ਈਟੀ ਤੋਂ। ਕੋਈ ਹੋਰ ਕਰੇ ਜੇ ਤੁਸੀਂ ਕਰੋ ਤਾਂ ਨਿਆਰੀ ਲੀਲਾ, ਕੋਈ ਹੋਰ ਕਰੇ ਤੇ ਉਹਦਾ ਕੈਰੈਕਟਰ ਢੀਲਾ, ਠੋਕੋ ਟਕਾ ਕੇ। ਉਹ ਸ਼ੀਸ਼ਾ ਦਿਖਾਉਂ ਤੈਨੂੰ, ਸ਼ੀਸ਼ਾ ਸ਼ੀਸ਼ਾ ਦਿਖਾਉਂ, ਔਰ ਐਸਾ ਸ਼ੀਸ਼ਾ ਦਿਖਾਉਂ ਮੁੜ ਕੇ ਤੂੰ ਬਾਹਰ ਨਿਕਲੋਂ ਹਟੇਗਾ। ਚੀਫ ਮਿਨਿਸਟਰ ਸਾਹਿਬ, ਮੈਂ ਤੈਨੂੰ ਕਹਿਣਾ ਕਿ ਇਹ ਪੰਜਾਬ ਜਦੋਂ ਗਿਆਨੀ ਜੈਲ ਸਿੰਘ ਦਾ ਰਾਜ ਹੁੰਦਾ 72 ਤੋਂ 77, ਫਿਰ 2 ਸਾਲ ਬਾਦਲ ਦਾ ਆਇਆ, ਫਿਰ ਦਰਬਾਰਾ ਸਿੰਘ ਦੀ ਵਜ਼ਾਰਤ ਆਈ ਜੀ ਤੇ ਮੇਰਾ ਪਿਓ ਐਡਵੋਕੇਟ ਜਨਰਲ ਸੀ, ਨੰਬਰ 1 ਹੁੰਦਾ ਕਮਾਈ ਚ, ਨੰਬਰ 1। 2003 ਚ ਇਹ ਨੰਬਰ 4 ਤੇ ਅੱਜ ਨੰਬਰ 19 ਤੇ। ਸੁਣ ਲਓ ਕਾਹਦੇ ਚ, ਇੱਕ ਬੰਦੇ ਦੀ ਔਸਤਨ ਕਮਾਈ ਕਿੰਨੀ ਸੀ ਤੇ ਅੱਜ ਕਿੰਨੀ ਹੈ। ਉਹ ਮਿੱਤਰ ਪਿਆਰੋ, ਸਿੰਗਾਪੁਰ ਚ ਇੱਕ ਬੰਦਾ ਕਿਉਂ ਜਾਂਦੇ ਆ ਆਸਟ੍ਰੇਲੀਆ ਨੂੰ ਨੌਜਵਾਨ, ਮੈਂ ਦੱਸਦਾ, ਤੂੰ ਮੇਰੇ ਨਾਲ ਬਹਿਲਾ, ਅੱਜ ਕਿਤੇ ਬੋਰਡ ਥੱਲੇ ਆ ਜਾ, ਆ ਜਾਵੇ ਮਾਹੀ ਤੈਨੂੰ ਅੱਖੀਆਂ ਉਡੀਕਦੀਆਂ, ਤੂੰ ਤਾਂ 300 ਸਵਾਲਾਂ ਦਾ ਭਗੌੜਾ ਹੈ, ਭਗੌੜਾ ਸਮਝਿਆ ਨਹੀਂ, ਆ ਜਾ। ਲੈ ਪਹਿਲੀ ਗੱਲ, ਸਿੰਗਾਪੁਰ ਦਿੱਲੀ ਨਾਲੋਂ ਛੋਟਾ, ਇੱਕ ਬੰਦਾ ਐਵਰੇਜ ਉਹਦੀ ਕਮਾਈ 1,06,00,000 ਰੁਪਈਆ, ਠੀਕ ਹੈ। ਉਦੋਂ ਬਾਅਦ ਆਓ ਆਸਟ੍ਰੇਲੀਆ, 50,00,000 ਰੁਪਈਆ ਇੱਕ ਬੰਦਾ ਸਾਲ ਦੇ, 50,00,000 ਰੁਪਈਏ ਕਮਾਉਂਦਾ, ਠੀਕ ਹੈ। ਉਦੋਂ ਬਾਅਦ ਆਓ ਕੈਨੇਡਾ, 48,00,000 ਰੁਪਈਏ ਸਾਲ ਦੇ ਕਮਾਈ ਉਹਦੀ ਐਵਰੇਜ ਕਮਾਈ, ਠੀਕ ਹੈ। ਉਦੋਂ ਬਾਅਦ ਆਓ ਨਿਊਜ਼ੀਲੈਂਡ, ਜਿੱਥੇ ਜਾਂਦੀ ਹੈ ਪੰਜਾਬ ਦੇ ਨੌਜਵਾਨ ਜਾਂਦੇ ਆ, ਜਿੱਥੇ ਛੱਡ ਛੱਡ ਕਮਾਈ ਇੱਕ ਸਾਲ ਦੀ 43,00,000 ਰੁਪਈਆ। ਤੇ ਭਾਰਤ 'ਚ ਆ ਜਾਓ, ਭਾਰਤ 'ਚ ਆ ਜਾਓ, ਭਾਰਤ ਦੇ ਵਿੱਚ ਕਿੰਨੀ ਕਮਾਈ ਹੈ ਭਾਈ ਇੱਕ ਬੰਦੇ ਦੀ ਔਸਤਨ ਪਰ ਕੈਪੀਟਾ ਇਨਕਮ, 6,95,000 ਹਿੰਦੁਸਤਾਨ, 120 ਨੰਬਰ ਤੇ ਦੇਸ਼ਾਂ 'ਚ। ਤੇ ਭਾਈ ਹਿੰਦੁਸਤਾਨ ਦੇ ਵਿੱਚ ਪੰਜਾਬ, ਰੰਗਲਾ ਪੰਜਾਬ, ਉੱਥੇ ਇੱਕ ਪੰਜਾਬੀ ਦੀ ਔਸਤਨ ਇਨਕਮ ਕਿੰਨੀ ਹੈ, ਕਿੰਨੀ ਇਨਕਮ ਹੈ? 1,80,000 ਰੁਪਈਆ, 15,000 ਰੁਪਈਆ ਮਹੀਨਾ। ਤੇ ਵਿਦੇਸ਼ਾਂ ਚ ਲੋਕੀ ਕਮਾਉਣ, 5,00,000 ਰੁਪਈਆ ਮਹੀਨਾ। ਕਿਉਂ ਨਾ ਜਾਊ ਛੱਡ ਕੇ, ਕਿਉਂ ਨਾ ਜਾਊ? ਤੂੰ ਕਹਿੰਦਾ ਇਨਵੈਸਟਮੈਂਟ ਆ ਗਈ, ਮੈਨੂੰ ਦੇਖ ਕੇ ਮੇਰੀ ਸ਼ਕਲ ਇੰਨੀ ਸੋਹਣੀ ਹੈ, ਸੁਰਖਾਬ ਦੇ ਪਰ ਲੱਗੇ ਆ ਮੇਰੇ, ਹੈਂ ਹੇਮਾ ਮਾਲੀ ਤੋਂ ਬਾਅਦ ਮੈਂ ਹੀ ਆ, ਹੈਂ ਉਹ ਸਾਡੇ ਤਾਂ ਜੀ ਝੜੀ ਲੱਗ ਗਈ ਇਨਵੈਸਟਮੈਂਟਾਂ ਦੀ। ਲਓ ਟ੍ਰਿਬਿਊਨ ਦੀ ਖਬਰ, 1,76,00,000 ਰੁਪਈਆਂ ਦੀ ਇਨਵੈਸਟਮੈਂਟ ਯੂਪੀ ਚ ਚਲੀ ਗਈ, 1.76 ਲੱਖ ਕਰੋੜ
ਇਨਵੈਸਟਮੈਂਟ ਯੂਪੀ ਚ, ਤੇ ਇਹ ਕਹਿੰਦਾ ਸਾਡੇ ਇਨਵੈਸਟਮੈਂਟਾਂ ਆ ਗਈਆਂ, ਕਦੇ ਕਹਿੰਦਾ BMW ਦਾ ਪਲਾਂਟ ਲੱਗ ਗਿਆ, ਕਦੇ ਕਹਿੰਦਾ ਨੌਕਰੀਆਂ ਲੱਗ ਗਈਆਂ, ਫਲਾਨਾ ਲੱਗ ਗਈਆਂ। ਮੈਂ ਇਹਨੂੰ ਕਹਿੰਦਾ ਟਾਈਮਸ ਆਫ ਇੰਡੀਆ ਚ ਕੱਲ ਖਬਰ ਛਪੀ ਹੈ ਵੀ 24 ਕਰੋੜ ਦੀ ਇਨਵੈਸਟਮੈਂਟ 2021-22 ਤੋਂ ਅੱਜ 2022-23 ਚ ਤੁਹਾਡੇ ਪਹਿਲੇ ਸਾਲ ਦੇ ਵਿੱਚ 3 ਕਰੋੜ ਤੇ ਆ ਗਈ। ਓਏ ਲਾਣਤ ਹੈ ਤੁਹਾਡੇ ਤੇ, ਲੋਕੀ ਭੱਜਦੇ ਆ ਛੱਡ ਛੱਡ ਸੂਬਾ, ਇਹ ਸੂਬਾ ਰਹਿਣ ਜੋਗਾ ਨਹੀਂ ਰਹਿਣਾ। ਤੂੰ ਕਹਿੰਦਾ ਛੋਟਾ ਵਪਾਰੀ, ਛੋਟਾ ਵਪਾਰੀ ਮੌਲਾਂ ਚ ਗਾਹਕ ਨਹੀਂ, ਜਿੱਥੇ ਦੇਖੋ ਠਾਂ, ਜਿੱਥੇ ਦੇਖੋ ਠਾਂ, ਕੋਈ ਮਹਿਫੂਜ਼ ਹੈ? ਉਹ ਤੈਨੂੰ ਲਾ ਐਂਡ ਆਰਡਰ ਦੀ ਕੀ ਚਿੰਤਾ, ਤੇਰੇ ਆਲੇ ਦੁਆਲੇ 1200 ਬੰਦੇ ਖੜੇ ਹੁੰਦੇ ਆ। ਤੂੰ ਤਾਂ ਹੁਣ ਲਾਇਸੈਂਸ ਵੀ ਜਮਾਨਤ, ਜਿੰਨੇ ਪਿੰਡਾਂ ਦੇ ਆਲੇ ਦੁਆਲੇ ਦੇ ਪਿੰਡ ਉਹਦੇ ਲਾਇਸੈਂਸ ਲੈ ਲੈਣਾ, ਤੇ 150 ਗੱਡੀ ਚ ਟੂਈ 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 ਕਰਦਾ ਜਾਂਦਾ। ਤੇਰੀ ਕਿਹੜੀ ਲਾ ਐਂਡ ਆਰਡਰ ਦੀ ਉਹ ਹੈ? ਲੋਕ ਅਮਨ, ਲੋਕ ਬਿਜ਼ਨਸ ਚਾਹੁੰਦੇ ਆ, ਬਿਜ਼ਨਸ ਬਾਹਰਲੇ ਸੂਬਿਆਂ ਨੂੰ ਭੱਜੀ ਤੁਰੀ ਜਾਂਦਾ। ਇਹ ਬਦਲਣਾ ਪਊ, ਇਹ ਜੇ ਨਾ ਬਦਲ ਸਕੇ ਲੋਕ ਸਾਨੂੰ ਬਦਲ ਦੇਣਗੇ।